ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੁਣਾਂ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਹਾਂ। ਇਹ ਮੰਗ ਪੱਤਰ ਜਦੋਂ ਅਸੀਂ ਦੂਜੇ ਪਿੰਡਾਂ 'ਚ ਲੈ ਕੇ ਜਾਂਦੇ ਹਾਂ ਮੰਗ ਪੱਤਰ, ਤਾਂ ਉੱਥੋਂ ਦੇ ਲੋਕ ਸਾਡੇ ਨਾਲ ਸਵਾਲ ਕਰਦੇ ਨੇ ਕਿ ਇਹ ਤਾਂ ਹੁਕਮਨਾਮੇ 'ਤੇ ਅਸੀਂ ਜ਼ਰੂਰ ਪਹਿਰਾ ਦੇਵਾਂਗੇ, ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਪਰਿਵਾਰ, ਇੱਕ ਫਰਮ ਜਿਹਦੀ ਬਹੁਤ ਤਕੜੀ ਬਦਨਾਮੀ ਵੀ ਹੋਈ ਹੈ ਕਿ ਉਹਨਾਂ ਕੋਲੋਂ ਹੀਰਾਂ ਨੂੰ ਵੀ ਫੜੀ ਗਈ ਸੀ, ਹੀਰਾਂ ਦੇ ਕੇਸ ਵੀ ਪਏ, ਗੁਰੂ ਗ੍ਰੰਥ ਸਾਹਿਬ ਦੀ ਸਮੇਂ ਸਮੇਂ ਦੇ ਨਾਲ ਉਹਨਾਂ ਨੇ ਬੜੀਆਂ ਬੇਅਦਬੀਆਂ ਕੀਤੀਆਂ, ਪਰ ਉਸ ਬੇਅਦਬੀਆਂ ਨੂੰ ਰੋਕਣ ਵਾਸਤੇ ਹੁਕਮਨਾਮੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ। ਇਹ 2001 ਵਿੱਚ ਹੋਇਆ, ਭਾਈ ਹਰਭਜਨ ਸਿੰਘ ਅਤੇ ਹਰਵਿੰਦਰ ਸਿੰਘ ਅਤੇ ਮਹਿੰਦਰਪਾਲ ਸਿੰਘ ਜੀ ਰਬਜੀਤ ਵਰਗਿਆਂ ਦੇ, ਇਹਨਾਂ ਨੇ ਪਿਛਲੀ ਦੇਣੀ ਜੋ ਇਸ਼ਟਮੋਹ ਨਗਰ ਦੇ ਵਿੱਚ ਇੱਕ ਪ੍ਰੈਸ ਲਾਈ ਹੋਈ ਹੈ, ਉੱਥੇ ਬਹੁਤ ਜ਼ਿਆਦਾ ਬਾਣੀ ਦਾ ਨਿਰਾਦਰ ਕੀਤਾ ਗਿਆ। ਇਹਨਾਂ ਦੇ ਪ੍ਰਚਾਰਕਾਂ ਨੇ ਅਤੇ ਪ੍ਰਸ਼ਾਸਨ ਨੇ ਨਾਲ ਰਲ ਕੇ ਉਹ ਜਿਹੜੀ ਫੈਕਟਰੀ ਸੀ, ਉਹ ਫੈਕਟਰੀ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ, ਗੁਟਕੇ ਸਾਹਿਬ ਜਿਨ੍ਹਾਂ ਦੀ ਬੇਅਦਬੀ ਪਾਈ ਗਈ, ਗੁਟਕੇ ਸਾਹਿਬ ਦੇ ਜਿਹੜੇ ਸੈੱਟ ਸਨ ਉਹਨਾਂ ਨੂੰ ਜੈਕ ਦੇ ਰੂਪ ਵਿੱਚ, ਇੱਟਾਂ ਦੇ ਰੂਪ ਵਿੱਚ ਮਸ਼ੀਨਾਂ ਦੇ ਥੱਲੇ ਦਿੱਤੇ ਹੋਏ ਸਨ, ਕਾਲੇ ਤੇਲ ਨਾਲ ਲਿਬੜੇ ਹੋਏ ਸਨ, ਪਾਣ ਦੀਆਂ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ, ਬੇੜੀ ਸੀਟ ਤੰਬਾਕੂ ਵੀ ਉੱਥੇ ਮਿਲਿਆ ਸੀ। ਇਹ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਪ੍ਰੈਸ ਹੈ। ਜਥੇਬੰਦੀ ਨੂੰ ਲੋਕ ਪਿੰਡਾਂ ਵਿੱਚ ਰਹਿਣ ਵਾਲੇ ਸਵਾਲ ਕਰਦੇ ਨੇ ਕਿ ਇੱਥੇ ਤਾਂ ਤੁਸੀਂ ਚੱਲ ਕੇ ਆ ਗਏ ਹੋ, ਅਸੀਂ ਤਾਂ ਇਹ ਹੁਕਮਨਾਮਾ ਜ਼ਰੂਰ ਮੱਥੇ 'ਤੇ ਪ੍ਰਵਾਨ ਕਰਾਂਗੇ, ਇਹ ਤਾਂ ਹੁਕਮਨਾਮੇ 'ਤੇ ਪਹਿਰਾ ਦੇਵਾਂਗੇ, ਪਰ ਸਾਨੂੰ ਇਹ ਸਵਾਲ ਕਰਦੇ ਨੇ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਰਹਿ ਕੇ ਜੀਵਨ ਸਿੰਘ ਅਤੇ ਚਤਰ ਸਿੰਘ ਦੀ ਫਰਮ ਜਿਹੜੇ ਲੰਮੇ ਸਮੇਂ ਤੋਂ ਬੇਅਦਬੀਆਂ ਕਰਦੀ ਆ ਰਹੀ ਹੈ, ਉਹਨਾਂ 'ਤੇ ਹੁਕਮਨਾਮਾ ਕਿਉਂ ਨਹੀਂ ਲਾਗੂ ਹੋ ਰਿਹਾ, ਉਹਨਾਂ ਦੀ ਪ੍ਰੈਸ ਕਿਉਂ ਨਹੀਂ ਬੰਦ ਹੋ ਰਹੀ? ਕਿਉਂਕਿ ਜਿੰਨੇ ਵੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਉਸ ਸਮੇਂ ਗਏ ਸਨ, ਉਹਨਾਂ ਨੇ ਵੀਡੀਓਗ੍ਰਾਫਰੀ ਵੀ ਕੀਤੀ, ਉਸ ਵੀਡੀਓਗ੍ਰਾਫਰੀ ਦੇ ਵਿੱਚ ਗੁਟਕੇ ਸਾਹਿਬਾਂ ਦੇ ਅੰਗ, ਮਹਾਰਾਜ ਦੀ ਪਵਿੱਤਰ ਗੁਰਬਾਣੀ ਜਿਹੜੇ ਕੂੜੇ ਵਾਲੇ ਜਾਣੀ ਕਿ ਡਸਟਬੀਨ ਦੇ ਵਿੱਚ ਸੁੱਟੇ ਗਏ ਸਨ, ਅਤੇ ਪੁੰਜੇ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਬਾਣੀ ਦਾ ਨਿਰਾਦਰ ਕੀਤਾ ਗਿਆ ਸੀ। ਇਹਨਾਂ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਬੱਸਾਂ ਹੀ ਉੱਥੋਂ ਗੁਟਕੇ ਸਾਹਿਬ ਲੈ ਕੇ ਗੋਂਦਵਾਲ ਸਾਹਿਬ ਗਈਆਂ, ਪਰ ਇਹਨੂੰ ਗਨਮੈਨ ਮਿਲ ਗਏ ਨੇ, ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਕਿਉਂ ਨਹੀਂ ਹੋ ਰਹੀ? ਅੱਜ ਅਸੀਂ ਸ੍ਰੀ ਅਕਾਲ ਤਖਤ ਜਥੇਦਾਰ ਨੂੰ ਮਿਲ ਕੇ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਬੜਾ ਵੱਡਾ ਢਾਹ ਲੱਗਦਾ ਹੈ, ਕਿਉਂਕਿ ਲੋਕ ਸਾਨੂੰ ਸਵਾਲ ਕਰਦੇ ਨੇ ਕਿ ਇਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ। ਕਾਰਨ ਕੀ ਹੈ ਕਿ ਇਹ ਬਾਦਲ ਨਾਲ ਇਹਨਾਂ ਦੀ ਗੱਠਜੋੜ ਹੈ, ਇਹ ਬਾਦਲ ਦੇ ਕਿਤੇ ਬਾਦਲ ਨੇ ਹਿੱਸਾ ਨਹੀਂ ਇਹਨਾਂ ਨਾਲ ਰੱਖਿਆ ਹੋਇਆ। ਇਸ ਕਰਕੇ ਅਸੀਂ ਅੱਜ ਮੰਗ ਪੱਤਰ ਜਿਹੜਾ ਵਾ ਉਹਨਾਂ ਦੇ PA ਸਾਹਿਬ ਜਿਹੜੇ ਇੱਥੋਂ ਦੇ ਸੇਵਾਦਾਰ ਨੇ ਰਣਜੀਤ ਸਿੰਘ ਜੀ ਉਹਨਾਂ ਨੂੰ ਦੇ ਦਿੱਤਾ ਗਿਆ ਵਾ, ਅਤੇ ਅਸੀਂ ਆਸ ਜ਼ਰੂਰ ਰੱਖਾਂਗੇ ਕਿ ਜ਼ਰੂਰ ਇਹਨਾਂ ਦੇ ਉੱਪਰ ਕਾਰਵਾਈ ਕਰ ਦਿਓ, ਜੇਕਰ ਨਹੀਂ ਕਰਦੇ ਤਾਂ ਅਸੀਂ ਤੁਹਾਨੂੰ ਜ਼ਰੂਰ ਪੁੱਛਾਂਗੇ, ਪੁੱਛਦੇ ਰਵਾਂਗੇ, ਇਹ ਕਰਕੇ ਸਾਡੀ ਬੇਨਤੀ ਹੈ। ਮੰਗ ਪੱਤਰ ਦੇ ਅੱਗੇ ਕਈ ਵਾਰੀ ਦਿੱਤੇ ਗਏ ਨੇ, ਕਈ ਵਾਰੀ ਸੰਸਥਾਵਾਂ ਅੱਗੇ ਆਈਆਂ ਨੇ, ਤੁਸੀਂ ਕਈ ਵਾਰੀ ਆਏ ਹੋ, ਪਰ ਕਾਰਵਾਈ ਜੇ ਨਹੀਂ ਹੋਈ, ਹੁਣ ਵੀ ਨਾ ਹੋਈ ਤਾਂ ਫਿਰ ਕੀ ਕਰੋ? ਦੇਖੋ ਜੀ, ਇੱਕ ਕਾਰਵਾਈ ਆ ਬਟਾਲੇ ਸ਼ਹਿਰ ਦੇ ਵਿੱਚੋਂ ਭਾਈ ਗੁਰਨਾਮ ਸਿੰਘ ਨੇ ਸ਼ਿਕਾਇਤ ਕੀਤੀ ਥੋੜ੍ਹੇ ਦਿਨ ਪਹਿਲਾਂ ਕਿ ਨਗਰ ਕੀਰਤਨ ਘਰ ਵਿੱਚੋਂ ਕੱਢਿਆ ਜਾ ਰਿਹਾ ਹੈ, ਅਤੇ ਉਸੇ ਵੇਲੇ ਹੀ ਇੱਥੋਂ ਦੀ ਜਿਹੜੀ ਪੜਤਾਲ ਕਰਨ ਵਾਲੇ ਬਣਾਏ ਗਏ, ਪ੍ਰਚਾਰਕ ਭੇਜੇ ਗਏ, ਦੋਨਾਂ ਪਾਰਟੀਆਂ ਨੂੰ ਸੱਦਿਆ ਗਿਆ। ਥੋੜ੍ਹਾ ਕੁ ਬੂਰ ਪਿਆ ਹੈ, ਜੇ ਇਹ ਬੂਰ ਪਿਆ ਰਿਹਾ ਭਾਵ ਕਿ ਜੇ ਕਾਰਵਾਈਆਂ ਹੁੰਦੀਆਂ ਰਹੀਆਂ ਤਾਂ ਮੇਰੇ ਸਾਹਮਣਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮਰਜ਼ਾਦਾ ਦੀ ਉਲੰਘਣਾ ਨਹੀਂ ਕਰ ਸਕਦੇ। ਸਾਡੀ ਇਹ ਮੰਗ ਵਾ ਨਿੱਜੀ ਘਰ ਦੀ, ਘਰੇਲੂ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ ਬੇਅਦਬੀਆਂ ਬੜੀਆਂ ਥਾਵਾਂ 'ਤੇ ਹੋਈਆਂ ਨੇ, ਪਰ ਇੱਥੋਂ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਪਹਿਰੇਦਾਰੀ ਕੀਤੀ ਜਾਵੇ। ਪਹਿਰੇਦਾਰੀ ਲਾਗੂ ਕਰਾਉਣ ਵਾਸਤੇ ਇੱਥੋਂ ਹੀ ਇੱਕ ਮੁੱਠ ਇੱਕਜੁੱਟ ਹੋ ਕੇ ਐਲਾਨ ਕਰਨੇ ਚਾਹੀਦੇ ਨੇ, ਇਹ ਅਜੇ ਤੱਕ ਕਰ ਨਹੀਂ ਰਹੇ, ਉਹ ਵੀ ਪਹਿਲ ਦੇ ਆਧਾਰ 'ਤੇ ਇਹਨਾਂ ਨੂੰ ਕਰਨੇ ਚਾਹੀਦੇ ਨੇ, ਇਹ ਇਹਨਾਂ ਦੇ ਫਰਜ਼ ਬਣਦੇ ਨੇ। ਸਾਨੂੰ ਲੋੜ ਨਹੀਂ ਆ ਇੱਥੇ ਆਣ ਕੇ, ਜਿੰਨੇ ਵੀ ਧਾਰਮਿਕ ਮਸਲੇ ਨੇ ਤੁਰੰਤ ਪ੍ਰਚਾਰਕਾਂ ਦੀ ਡਿਊਟੀ ਲਾ ਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਜਿੱਥੇ ਜਿੱਥੇ ਮਹਾਰਾਜ ਦੀ ਬੇਅਦਬੀ ਸਤਿਕਾਰ ਨਹੀਂ ਹੋ ਰਿਹਾ ਉਹਨਾਂ ਦੇ ਉੱਪਰ, ਜਿੱਥੇ ਜਿੱਥੇ ਸ਼ਿਕਾਇਤ ਆ ਰਹੀ ਹੈ, ਇਹਨਾਂ ਦੇ ਫਰਜ਼ ਵੀ ਬਣਦੇ ਨੇ, ਇਹ ਕਰਨੇ ਚਾਹੀਦੇ ਨੇ ਪੂਰੇ ਇਹਨਾਂ ਨੂੰ। ਸਤਿਕਾਰ ਕਮੇਟੀ ਦੁਆਰਾ ਜੋ ਸਾਨੂੰ ਮੰਗ ਪੱਤਰ ਦਿੱਤਾ ਗਿਆ, ਅਜੇ ਮੈਂ ਪੜ੍ਹਿਆ ਨਹੀਂ ਹੈ, ਇਹਨੂੰ ਪੜ੍ਹ ਕੇ ਜੋ ਸਿੰਘ ਸਾਹਿਬ ਜੀ ਦੇ ਨੋਟਿਸ ਮਸਲੇ ਜਿਹੜੇ ਲਿਆ ਦਿੱਤੇ ਜਾਣਗੇ, ਜੋ ਇਹਨਾਂ ਦੀਆਂ ਧਾਰਮਿਕ ਪੱਖ ਤੋਂ ਵਿਚਾਰਾਂ ਹੋਣਗੀਆਂ ਉਹਨਾਂ 'ਤੇ ਵਿਸ਼ੇਸ਼ ਤੌਰ 'ਤੇ ਗੌਰ ਕੀਤਾ ਜਾਏਗਾ। ਚਤਰ ਸਿੰਘ ਜੀਵਨ ਸਿੰਘ ਹੁਣਾਂ ਦੇ ਜਿਹੜੇ ਉਹ ਖਿਲਾਫ ਜੀ ਗੱਲ ਕਰ ਰਹੇ ਕਿ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਸਤਿਕਾਰ ਕਮੇਟੀ ਨੇ ਦਿੱਤਾ, ਕੀ ਅਕਾਲ ਤਖਤ ਸਾਹਿਬ 'ਤੇ ਇੱਥੋਂ ਕਾਰਵਾਈ ਹੋਏਗੀ ਉਹਨਾਂ ਦੇ ਖਿਲਾਫ ਜੋ ਵੀ ਬਣਦੀ ਹੋਈ? ਮੈਂ ਪਹਿਲਾਂ ਬੇਨਤੀ ਕੀਤੀ ਹੈ ਜੀ
ਵੀ ਤੁਹਾਡੇ ਸਾਹਮਣੇ ਅਜੇ ਜੋ ਮੰਗ ਪੱਤਰ ਦਿੱਤਾ ਗਿਆ ਮੈਂ ਉਹਨੂੰ ਕੋ ਪੜਿਆ ਨਹੀਂ ਹੈ। ਜਿਹਦੇ ਖਿਲਾਫ ਧਾਰਮਿਕ ਤੌਰ ਤੇ ਜੋ ਅਵਗਿਆ ਕਰਨ ਵਾਲਾ ਉਹਦੇ ਖਿਲਾਫ ਜ਼ਰੂਰ ਕਾਰਵਾਈ ਹੋਏਗੀ।